ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਦਿੱਲੀ ਬੈਠੇ ਕਿਸਾਨਾਂ ਕੋਲ ਅਗਲੇ ਛਿਮਾਹੀ ਲਈ ਰਾਸ਼ਨ ਪਹੁੰਚਣਾ ਸ਼ੁਰੂ ਉਗਰਾਹਾਂ ਕਿਸਾਨਾਂ ਦੇ ਵੱਲੋਂ ਕਣਕ ਦੀ ਸਾੰਪ ਸੰਭਾਲ ਕਰਨ ਉਪਰੰਤ ਹੁਣ ਦਿੱਲੀ ਦੀਆਂ ਬਰੂਹਾਂ ਤੇ ਡਟੇ ਬੈਠੇ ਸੰਘਰਸ਼ਸ਼ੀਲ ਕਿਸਾਨਾਂ ਕੋਲ ਅਗਲੀ ਤਮਾਹੀ ਦਾ ਸ਼ਿਮਾਹੀ ਦਾ ਰਾਸ਼ਨ ਪਹੁੰਚਣਾ ਸ਼ੁਰੂ ਹੋ ਗਿਆ ਕਿਉਂਕਿ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਦੇ ਲਈ ਵਿੱਡਿਆ ਸੰਘਰਸ਼ ਹੁਣ ਆਰ ਪਾਰ ਦੀ ਲੜਾਈ ਬਣ ਗਿਆ ਹੈ ਇਹ ਇਨਸਾਫ ਟਿੱਕਰੀ ਬਾਰਡਰ ਅਤੇ ਗਦਰੀ ਬੀਬੀ ਗੁਲਾਬਕੌਰ ਨਗਰ ਦੀ ਸਟੇਜ ਤੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕੀਤਾ कोरोना ਦੇ ਦੌਰ ਵਿੱਚ ਮਹਿੰਗੀ ਪੈ ਸਕਦੀ ਹੈ ਡੇਂਗੂ ਤੇ ਮਲੇਰੀਏ ਪ੍ਰਤੀ ਲਾਪਰਵਾਹੀ 22 ਥਾਵਾਂ ਤੋਂ ਮਿਲ ਚੁੱਕਾ ਡੇਂਗੂ ਦਾ ਲਾਰਵਾ ਇਸ ਮੌਕੇ ਸੇਤ ਵਿਭਾਗ ਸਮੇਤ ਸਮੁੱਚੇ ਪ੍ਰਸ਼ਾਸਨ ਦਾ ਧਿਆਨ ਕਰੋਨਾ ਦੇ ਖਤਰੇ ਤੇ ਕੇਂਦਰਿਤ ਹੋਇਆ ਪਿਆ ਹੈ ਪਰ ਡਾਕਟਰਾਂ ਅਨੁਸਾਰ ਇਹਨਾਂ ਦਿਨਾਂ ਚ ਡੇਂਗੂ ਤੇ ਮਲੇਰੀਏ ਪ੍ਰਤੀ ਲੋਕਾਂ ਦੀ ਲਾਪਰਵਾਹੀ ਮਹਿੰਗੀ ਪੈ ਸਕਦੀ ਹੈ ਸੇਤ ਮੰਤਰਾਲੇ ਅਨੁਸਾਰ ਗਰਮੀ ਵਿੱਚ ਵਾਧਾ ਹੋਣ ਦੇ ਕਾਰਨ ਹੁਣ ਮਲੇਰੀਏ ਦਾ ਖਤਰਾ ਮੰਡਰਾਉਣਾ ਸ਼ੁਰੂ ਹੋ ਗਿਆ ਹੈ ਜਿਸ ਦੇ ਨਾਲ ਹੀ ਡੇਂਗੂ ਦਾ ਲਾਰਵਾ ਵੀ ਮਿਲਣਾ ਸ਼ੁਰੂ ਹੋ ਗਿਆ ਹੈ। ਅਪ੍ਰੈਲ ਮਹੀਨੇ ਤੋਂ ਮਲੇਰੀਆ ਤੇ ਜੁਲਾਈ ਤੋਂ ਫੈਲਦਾ ਹੈ ਡੇਂਗੂ ਸਿਹਤ ਮਾਰਾਂ ਦੇ ਅਨੁਸਾਰ ਮਲੇਰੀਆ ਬੁਖਾਰ ਐਨਫਾਲੀਜ਼ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਤੇ ਇਹ ਮੱਛਰ ਸਾਫ਼ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ਆਮ ਤੌਰ ਤੇ ਮੱਛਰ ਰਾਤ ਅਤੇ ਸਵੇਰ ਵੇਲੇ ਲੋਕਾਂ ਨੂੰ ਕੱਟਦਾ ਹੈ। ਇਸ ਮੱਛਰ ਦੇ ਕੱਟ ਜਾਣ ਨਾਲ ਮਰੀਜ਼ ਨੂੰ ਠੰਡ ਅਤੇ ਕਾਂਬੇ ਨਾਲ ਤੇਜ਼ ਬੁਖਾਰ ਚੜਦਾ ਹੈ ਸਿਰਦਰਦ ਸ਼ੁਰੂ ਹੋਣਾ ਸ਼ੁਰੂ ਹੋ ਜਾਂਦਾ ਹੈ ਬੁਖਾਰ ਉੱਤਨ ਤੋਂ ਬਾਅਦ ਉਸ ਨੂੰ ਥਕਾਵਟ ਵੀ ਹੁੰਦੀ ਹੈ ਜਰਾਬਾ ਵੇਚਣ ਵਾਲੇ ਲੜਕੇ ਲਈ ਸੀਐਮ ਵੱਲੋਂ 2 ਲੱਖ ਰੁਪਏ ਦੀ ਮਦਦ ਅਤੇ ਪੜ੍ਹਾਈ ਦਾ ਖਰਚਾ ਚੁੱਕਣ ਦਾ ਐਲਾਨ ਸੋ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ 10 ਸਾਲ ਦੇ ਵੰਚ ਸਿੰਘ ਦੀ ਹਾਲਤ ਨੂੰ ਦੇਖਦਿਆਂ ਅੱਜ ਸੂਬਾ ਸਰਕਾਰ ਵੱਲੋਂ ਉਸ ਦੀ ਸਿੱਖਿਆ ਨੂੰ ਪੂਰਾ ਵਿੱਤੀ ਸਹਿਯੋਗ ਕਰਨ ਤੋਂ ਇਲਾਵਾ ਪਰਿਵਾਰ ਨੂੰ 2 ਲੱਖ ਰੁਪਏ ਦੀ ਫੌਰੀ ਏਮਦਾਦ ਦੇਣ ਦਾ ਐਲਾਨ ਕੀਤਾ ਗਿਆ ਵੰਚ ਸਿੰਘ ਆਪਣੇ ਪਰਿਵਾਰ ਦੀ ਸਹਾਇਤਾ ਨਾਲ ਲਈ ਲੁਧਿਆਣਾ ਦੀਆਂ ਸੜਕਾਂ ਦੇ ਉੱਤੇ ਜਰਾਬਾ ਵੇਚਣ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਦੀ ਹਾਲਤ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਇਹ ਐਲਾਨ ਕੀਤਾ ਮੁੱਖ ਮੰਤਰੀ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਦਿੱਤੇ ਹਨ ਕਿ ਵੰਛ ਜੋ ਸਕੂਲ ਛੱਡ ਚੁੱਕਾ ਹੈ ਨੂੰ ਮੁੜ ਸਕੂਲ ਭੇਜਿਆ ਜਾਵੇ ਤੇ ਉਸ ਦੀ ਪੜ੍ਹਾਈ ਦਾ ਸਾਰਾ ਖਰਚਾ ਸੂਬਾ ਸਰਕਾਰ ਚੁਕੇਗੀ ਮੁੱਖ ਮੰਤਰੀ ਵੰਛ ਨੂੰ ਇੱਕ ਕਾਰ ਚਾਲਕ ਵੱਲੋਂ ਜੁਰਾਬਾਂ ਦੀ ਕੀਮਤ ਤੋਂ ਵੱਧ 50 ਰੁਪਏ ਦੀ ਪੇਸ਼ਕਸ਼ ਨੂੰ ਇਨਕਾਰ ਕਰਦੇ ਹੋਏ ਦੀ ਵੀਡੀਓ ਦੇਖਣ ਤੋਂ ਬਾਅਦ ਉਸ ਦੇ ਲੜਕੇ ਤੇ ਪਰਿਵਾਰ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਕਰੋਨਾ ਹਫਤੂ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤੀ ਅਪੀਲ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸਾਂਸਦ ਮੈਂਬਰ ਭਗਵੰਤ ਮਾਨ ਨੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਮਹਾਮਾਰੀ ਖਿਲਾਫ ਲੜਾਈ ਦੇ ਵਿੱਚ ਪੰਜਾਬ ਨਾਲ ਕੀਤੀ ਜਾਂਦੀ ਪੱਖਪਾਤ ਬੰਦ ਕੀਤਾ ਜਾਵੇ ਕਰੋਨਾ ਮਰੀਜ਼ਾਂ ਨੂੰ ਬਚਾਉਣ ਲਈ ਲੋੜੀਂਦੀ ਆਕਸੀਜਨ ਗੈਸ ਮੈਡੀਕਲ ਉਪਕਰਨ ਅਤੇ ਦਵਾਈਆਂ ਦੀ ਸਪਲਾਈ ਜਾਰੀ ਕੀਤੀ ਜਾਵੇ ਜਾਰੀ ਇੱਕ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਹੈ ਕਿ ਕਰੋਨਾ ਵਾਇਰਸ ਨੇ ਭਾਰਤ ਦੇ ਸੂਬਿਆਂ ਤੇ ਕੇਂਦਰ ਸਿਹਤ ਪ੍ਰਦੇਸ਼ਾਂ ਦੇ ਵਸਨੀਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਪੁਲੇਖੇ ਨਾਲ ਜ਼ਹਿਰੀਲੀ ਚੀਜ਼ ਪੀਣ ਨਾਲ ਬਿਜਲੀ ਮੁਲਾਜ਼ਮ ਦੀ ਮੌਤ ਬੀਤੀ ਸ਼ਾਮ ਇੱਕ ਬਿਜਲੀ ਮੁਲਾਜ਼ਮ ਦੀ ਲਾਜ਼ ਦੌਰਾਨ ਮੌਤ ਹੋਣ ਦੀ ਖਬਰ ਮਿਲੀ ਆ ਪੁਲਿਸ ਥਾਣਾ ਸੁਨਾਮਸ਼ਾਹਰੀ ਦੇ ਸਹਾਇਕ ਥਾਣੇਦਾਰ ਓੰਕਾਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਜੋ ਪਾਵਰ ਕਾਮ ਦੇ ਮਾਡਲ ਟਾਊਨ 1 ਦੇ ਸ਼ੇਰੋ ਬਿਜਲੀ ਗ੍ਰਿਡ ਦੇ ਵਿੱਚ ਐਸਐਸਏ ਵਜੋਂ ਤਾਇਨਾਤ ਸੀ ਬੀਤੀ 5 ਮਈ ਨੂੰ ਉਸਨੇ ਆਪਣੇ ਘਰ ਵਿੱਚ ਸ਼ਰਾਬ ਪੀਣ ਦੇ ਪੁਲੇਖੇ ਨਾਲ ਕੋਈ ਜ਼ਹਿਰੀਲੀ ਸ਼ਰਾਬ ਪੀ ਲਈ ਜਿਸ ਤੋਂ ਬਾਅਦ ਉਸ ਨੂੰ ਤੁਰੰਤ ਪਰਿਵਾਰ ਦੇ ਵੱਲੋਂ ਹਸਪਤਲ ਲਿਜਾਇਆ ਗਿਆ ਪਰ ਉਸਨੇ ਹਸਪਤਲ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਲੰਧਰ ਵਿੱਚ ਪਾਸਪੋਰਟ ਦਫ਼ਤਰ ਨੂੰ ਲੱਗੀ ਭਿਆਨਕ ਅੱਗ ਜਲੰਧਰ ਪੰਜਾਬ ਦੇ ਜਲੰਧਰ ਤੋਂ ਇਲਾਵਾ ਇਸ ਸਮੇਂ ਵੱਡੀ ਖਬਰ ਹੈ ਜਿਿੱਥੇ ਵੀਕਐਂਡ ਲਾਕਡਾਊਨ ਦੇ ਦੌਰਾਨ ਗੁਰੂ ਨਾਨਕ ਮਿਸ਼ਨ ਚੌਂਕ ਦੇ ਨੇੜੇ ਪਾਸਪੋਰਟ ਦਫ਼ਤਰ ਦੀ ਤੀਜੀ ਮੰਜ਼ਲ ਤੇ ਪੀਐਨਬੀ ਮੈਟ ਲਾਈਫ ਬੀਮਾ ਦਫਤਰ ਵਿੱਚ ਭਿਆਨਕ ਅੱਗ ਲੱਗਣ ਨਾਲ ਪੂਰਾ ਦਫਤਰ ਸੜ ਕੇ ਸੁਆਹ ਹੋ ਗਿਆ ਅੱਗ ਲੱਗਣ ਦੀ ਖਬਰ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਅੱਧੇ ਘੰਟੇ ਦੀ ਭਾਰੀ ਕੋਸ਼ਿਸ਼ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਅੱਗ ਲੱਗਣ ਦੀ ਖਬਰ ਮਿਲਦਿਆਂ ਹੀ ਥਾਣਾ ਨੰਬਰ 6 ਦੀ ਪੁਲਿਸ ਮੌਕੇ ਤੇ ਪਹੁੰਚ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਰਾਤ 9 ਵਜੇ ਦੇ ਕਰੀਬ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਪਾਸਪੋਰਟ ਦਫਤਰ ਦੀ ਤੀਜੀ ਮੰਜ਼ਿਲ ਵਿੱਚ ਧੂਆ ਨਿਕਲਣ ਦੀ ਸੂਚਨਾ ਨਾਲ ਹਫੜਾ ਦਫੜੀ ਪੈਦਾ ਹੋ ਗਈ ਲੁਧਿਆਣਾ ਵਿੱਚ ਹੁਣ ਸੋਮਵਾਰ ਤੋਂ ਰੋਜ਼ਾਨਾ ਦੁਪਹਿਰ 12 ਵਜੇ ਤੱਕ ਦੁਪਹਿਰ 12 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਕਰਫਿਊ ਸੋ ਦੋਸਤੋ ਵੱਡੀ ਖਬਰ ਹੈ ਖਬਰ ਦੇ ਵੱਲ ਰੁਕ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ कोरोना वायरस ਨੂੰ ਲੈ ਕੇ ਖਤਰਨਾਕ ਹੁੰਦੇ ਹਾਲਾਤਾਂ ਨੂੰ ਕਾਬੂ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸਖਤੀ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ ਸ਼ਹਿਰ ਦੇ ਵਿੱਚ ਸੋਮਵਾਰ ਤੋਂ ਲੈ ਕੇ 14 ਮਈ ਤੱਕ ਰੋਜ਼ਾਨਾ ਦੁਪਹਿਰ 12 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਜਾਰੀ ਰਹੇਗਾ করোনা ਦੇ ਸ਼ਹਿਰ ਦੇ ਵਿੱਚ করোনা ਦੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ 7 ਮਈ ਤੋਂ ਲੈ ਕੇ 16 ਮਈ ਤੱਕ ਸ਼ਹਿਰਵ ਦੇ ਵਿੱਚ ਨਵੀਆਂ پابੰਦੀਆਂ ਲਾ ਦਿੱਤੀਆਂ ਹਨ ਜਿਸ ਦੇ ਤਹਿਤ ਕਰਫਿਊ ਦੀ ਮਿਆਦ ਦਾ ਸਮਾਂ ਵਧਾ ਦਿੱਤਾ ਗਿਆ ਇਹਨਾਂ 5 ਦਿਨਾਂ ਵਿੱਚ ਸਾਰੀਆਂ ਦੁਕਾਨਾਂ ਨਿੱਜੀ ਦਫ਼ਤਰ ਅਤੇ ਹਰ ਪ੍ਰਕਾਰ ਦੀਆਂ ਸੰਸਥਾਵਾਂ ਦੁਪਹਿਰ 12 ਵਜੇ ਤੱਕ ਹੀ ਖੁੱਲ੍ਹ ਸਕਣਗੀਆਂ ਇਸ ਤੋਂ ਇਲਾਵਾ ਵੀਕਐਂਡ ਲਾਕਡਾਊਨ ਵਿੱਚ ਸਾਰਾ ਕੁਝ ਬੰਦ ਰਹੇਗਾ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਨਵੀਂ ਐਸਆਈਟੀ ਦਾ ਗਠਨ ਪੰਜਾਬ ਸਰਕਾਰ ਨੇ ਕੋਟਕਪੂਰਾ ਗੋਲੀकांड ਜਾਂਚ ਦੇ ਲਈ ਏ ਡੀ ਜੀ ਪੀ ਵਿਜੀਲੈਂਸ ਐਲ ਕੇ ਯਾਦਵ ਕਮਿਸ਼ਨਰ ਲੁਧਿਆਣਾ ਰਕੇਸ਼ ਅਗਰਵਾਲ ਡੀ ਆਈ ਜੀ ਫਰੀਦਕੋਟ ਰੇਂਜ ਸਰਜੀਤ ਸਿੰਘ ਦੇ ਆਧਾਰਿਤ ਤਿੰਨ ਮੈਂਬਰੀ ਨਵੀਂ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ ਗ੍ਰਹਿ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਜਾਂਚ ਟੀਮ ਨੂੰ ਆਪਣੇ ਸੰਯੋਗ ਲਈ ਕਿਸੇ ਵੀ ਵਿਅਕਤੀ ਜਾਂ ਮਾਹਰ ਟੀਮ ਨੂੰ ਸ਼ਾਮਲ ਕਰਨ ਦੇ ਅਧਿਕਾਰ ਦਿੱਤੇ ਗਏ ਹਨ ਵਰਨਣਯੋਗ ਹੈ ਕਿ ਪੰਜਾਬ ਸਰਕਾਰ ਨੇ ਬੀਤੇ ਦਿਨ ਹੀ ਐਲ ਕੇ ਯਾਦਵ ਨੂੰ ਬਤੌਰ ਏ ਡੀ ਜੀ ਪੀ ਵੱਦ ਉન્નਤ ਕੀਤਾ ਸੀ ਸਮਝਿਆ ਜਾ ਰਿਹਾ ਕਿ ਸਰਕਾਰ ਨੇ ਐਲਕੇ ਯਾਦਵ ਅਤੇ ਹੋਰਨਾਂ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਸੀ ਕਿਉਂਕਿ ਹਾਈ ਕੋਰਟ ਨੇ ਕੋਟਕਪੂਰਾ ਗੋਲੀकांड ਬਾਰੇ ਆਈਜੀ ਕਮਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਰਿਪੋਰਟ ਰੱਦ ਕਰਕੇ ਨਵੀਂ ਜਾਂਚ ਟੀਮ ਵਿੱਚ ਏਡੀਜੀਪੀ ਰੈਂਕ ਦੇ ਅਧਿਕਾਰੀ ਸ਼ਾਮਲ ਕਰਨ ਦੇ ਹੁਕਮ ਦਿੱਤੇ ਸਨ ਹੁਣ ਇਹਨਾਂ ਨੂੰ 6 ਮਹੀਨੇ ਅੰਦਰ ਆਪਣੀ ਰਿਪੋਰਟ ਦੇਣ ਦੇ ਲਈ ਕਿਹਾ ਗਿਆ ਹੈ ਤੀਜੀ ਲਹਿਰ ਦੇ ਟਾਕਰੇ ਲਈ ਹੁਣ ਤੋਂ ਹੀ ਤਿਆਰੀ ਦੀ ਲੋੜ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕੋਵਿਡ-19 ਦੀ ਤੀਜੀ ਲਹਿਰ ਦੇ ਟਾਕਰੇ ਲਈ ਦੇਸ਼ ਨੂੰ ਹੁਣ ਤੋਂ ਹੀ ਤਿਆਰੀ ਕਰਨ ਦੀ ਲੋੜ ਹੈ ਸਿਖਰਲੀ ਅਦਾਲਤ ਨੇ ਮਾਹਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਤੀਜੀ ਲਹਿਰ ਖਾਸ ਕਰਕੇ ਬੱਚਿਆਂ ਲਈ ਵਧੇਰੇ ਨੁਕਸਾਨਦੇ ਸਾਬਤ ਹੋ ਸਕਦੀ ਹੈ ਸਿਖਰਲੀ ਅਦਾਲਤ ਨੇ ਆਕਸੀਜਨ ਦੇ ਲਈ ਵੱਡੇ ਭੰਡਾਰ ਸਿਰਜਣ ਦੀ ਲੋੜ ਤੇ ਵੀ ਜ਼ੋਰ ਦਿੰਦਿਆਂ ਕੇਂਦਰੀ ਪੂਲ ਬਣਾਉਣ ਦਾ ਵੀ ਸੁਝਾਅ ਦਿੱਤਾ ਸਰਵਉੱਚ ਅਦਾਲਤ ਨੇ ਕਿਹਾ ਕਿ ਕੇਂਦਰੀ ਪੂਲ ਐਮਰਜੈਂਸੀ ਦੇ ਸਮੇਂ ਕੰਮ ਆਵੇਗਾ ਤੇ ਬੇਲੋੜੀ ਦਹਿਸ਼ਤ ਤੋਂ ਨਿਜਾਤ ਮਿਲੇਗੀ ਸਪਰੀਮ ਕੋਰਟ ਨੇ ਦੋ ਟੁਕ ਸ਼ਬਦਾਂ ਵਿੱਚ ਸਾਫ਼ ਕਰ ਦਿੱਤਾ ਹੈ ਕਿ ਅਗਲੇ ਹੁਕਮਾਂ ਤੱਕ ਦਿੱਲੀ ਨੂੰ ਰੋਜ਼ਾਨਾ 700 ਮੀਟਰ ਕਿਟਨ ਦੀ ਸਪਲਾਈ ਚ ਕੋਈ ਕਟੌਤੀ ਕੇਂਦਰ ਨਾ ਕਰੇ ਜਿੰਦਾ ਹੈ ਅੰਡਰਵਰਲਡ ਡਾਉਨ ਛੋਟਾ ਰਾਜਨ ਐਮਜ਼ ਨੇ ਕੀਤਾ ਮੌਤ ਦੀਆਂ ਖਬਰਾਂ ਦਾ ਖੰਡਨ ਅੰਡਰਵਰਲਡ ਡਾਉਨ ਛੋਟਾ ਰਾਜਨ ਦੀ ਮੌਤ ਦੀਆਂ ਖਬਰਾਂ ਦਾ ਦਿੱਲੀ ਐਮਜ਼ ਨੇ ਖੰਡਨ ਕੀਤਾ ਐਮਜ਼ ਨੇ ਕਿਹਾ ਕਿ ਉਹ ਅਜੇ ਜਿੰਦਾ ਹੈ ਉਸ ਦਾ ਕਰੋਨਾ ਲਾਗ ਦਾ ਇਲਾਜ ਚੱਲ ਰਿਹਾ ਹੈ ਇਸ ਦਮਾ ਕਈ ਮੀਡੀਆ ਰਿਪੋਰਟਾਂ ਤੋਂ ਦਾਵਾ ਕੀਤਾ ਗਿਆ ਸੀ ਕਿ ਐਮਜ਼ ਦੇ ਵਿੱਚ ਦਾਖਲ ਛੋਟਾ ਰਾਜਨ ਦੀ ਸ਼ੁੱਕਰਵਾਰ ਦੁਪਹਿਰੇ ਮੌਤ ਹੋ ਗਈ ਜਿਸ ਤੋਂ ਬਾਅਦ ਐਮਜ਼ ਨੂੰ ਸਥਿਤੀ ਸਪਸ਼ਟ ਕਰਨੀ ਪਈ ਤਿਹਾਰ ਦੀ ਹਾਈ ਸਿਕਿਉਰਿਟੀ ਜੇਲ੍ਹ ਵਿੱਚ ਬੰਦ ਗੈਂਗਸਟਰ ਨੂੰ ਕਰੋਨਾ ਹੋ ਗਿਆ ਸੀ ਪਹਿਲਾਂ ਉਸ ਦਾ ਜੇਲ੍ਹ ਹਸਪਤਾਲ ਤੋਂ ਇਲਾਜ ਚੱਲਿਆ ਪਰ ਹਾਲਤ ਵਿਗੜਨ ਤੋਂ ਬਾਅਦ ਉਸ ਨੂੰ 26 April ਨੂੰ ਜੇਲ੍ਹ ਦੇ ਵਿੱਚੋਂ ਐਮਜ਼ ਦੇ ਵਿੱਚ ਹਾਜ਼ਰ ਸ਼ਿਫਟ ਕੀਤਾ ਗਿਆ ਦੇਸ਼ ਵਿੱਚ ਕਰੋਨਾ ਦੀ ਤੀਜੀ ਲਹਿਰ ਦੇ ਬਿਆਨ ਤੇ ਸਰਕਾਰ ਦੇ ਮੁੱਖ ਸਲਾਹਕਾਰ ਦਾ ਯੂ ਟਰਨ ਦਿੱਤਾ ਮਸ਼ਵਰਾ ਦੇਸ਼ ਦੇ ਵਿੱਚ ਕਰੋਨਾ ਦੀ ਤੀਜੀ ਲਹਿਰ ਆਉਣ ਦੀ ਗੱਲ ਕਹਿਣ ਵਾਲੇ ਕੇਂਦਰ ਸਰਕਾਰ ਦੇ ਮੁੱਖ ਵਿਗਿਆਨੀ ਤੇ ਸਲਾਹਕਾਰ ਕੇਕ ਵੀ ਜੇ ਰਾਗਵਾਨ ਨੇ ਕਿਹਾ ਕਿ ਇਹ ਹਰ ਹਿੱਸੇ ਦੇ ਵਿੱਚ ਨਹੀਂ ਆਵੇਗੀ ਰਾਗਵਾਨ ਨੇ ਕਿਹਾ ਜੇਕਰ ਜ਼ਰੂਰੀ ਉਪਵਾਮਨ ਨੂੰ ਅਪਣਾਇਆ ਗਿਆ ਤਾਂ ਦੇਸ਼ ਦੇ ਹਰ ਹਿੱਸੇ ਵਿੱਚ ਕਰੋਨਾ ਦੀ ਤੀਜੀ ਲਹਿਰ ਨਹੀਂ ਆਵੇਗੀ ਇਸ ਤੋਂ ਪਹਿਲਾਂ ਉਹਨਾਂ ਨੇ ਵੀਰਵਾਰ ਨੂੰ ਕਿਹਾ ਗਿਆ ਸੀ ਕਿ ਦੇਸ਼ ਦੇ ਵਿੱਚ ਕਰੋਨਾ ਦੀ ਤੀਜੀ ਲਹਿਰ ਜ਼ਰੂਰ ਆਵੇਗੀ ਸੋ ਸਾਡੇ ਦੇਸ਼ ਦੇ ਵੱਡੇ ਵੱਡੇ ਮੁੱਖ ਸਲਾਹਕਾਰ ਜਿਹੜੇ ਸਰਕਾਰ ਦੇ ਨੇ ਡਾਕਟਰ ਨੇ ਸੋ ਜਿਹੜੇ ਉਹਨਾਂ ਦੇ ਬਿਆਨ ਜਿਹੜੇ ਹਰ ਰੋਜ਼ ਬਦਲ ਜਾਂਦੇ ਨੇ ਸੋ ਪਹਿਲਾਂ ਕਿਹਾ ਤਾਂ ਕਿ ਤੀਜੀ ਲਹਿਰ ਆਵੇਗੀ ਹੁਣ ਕਹਿੰਦੇ ਕਿਤੇ ਕਿਤੇ ਆਵੇਗੀ ਹੋ ਸਕਦਾ ਅਗਲਾ ਬਿਆਨ ਹੋਰ ਕੀ ਆ ਜਾਵੇ ਖੈਰ ਮੰਤਰੀ ਨੇ ਕੋਈ ਵੀ ਬਿਆਨ ਦੇ ਸਕਦੇ ਨੇ ਉਹਨਾਂ ਦੀ ਇਸ ਟਿੱਪਣੀ ਤੋਂ ਬਾਅਦ ਦੇਸ਼ ਵਿੱਚ ਕਰੋਨਾ ਦਾ ਖਤਰਾ ਹੋਰ ਵਧਣ ਦੇ ਖਦਸ਼ੇ ਪ੍ਰਗਟਾਏ ਜਾਣ ਲੱਗੇ ਇਸ ਤੇ ਸਪਾਈ ਦਿੰਦੇ ਹੋਏ ਰਾਗਵੰਨ ਨੇ ਸ਼ੁੱਕਰਵਾਰ ਨੂੰ ਕਿਹਾ ਜੇਕਰ ਸਾਵਧਾਨੀ ਵਰਤੀ ਗਈ ਤਾਂ ਇਹ ਹਰ ਜਗ੍ਹਾ ਨਹੀਂ ਆਵੇਗੀ ਮਹਾਮਾਰੀ ਦੇ ਦੇਸ਼ ਵਿੱਚ तमाम ਅਜਹੀਸਿਆਂ ਵਿੱਚ ਵਕ ਵਕ ਪੀਕ ਦੇਖਣ ਨੂੰ ਮਿਲੇ ਹਨ ਉਹਨਾਂ ਨੇ ਕਿਹਾ ਜੀ ਸਾਨੂੰ ਇਸ ਗੱਲ ਤੇ ਚਰਚਾ ਕਰਨੀ ਚਾਹੀਦੀ ਹੈ ਲੋਕੇਸ਼ਨ ਟਾਈਮਿੰਗ ਅਤੇ ਇਸ ਦਾ ਕੀ ਅਸਰ ਹੈ ਜੇਕਰ ਅਸੀਂ ਕਦਮ ਉਠਾਉਂਦੇ ਹਾਂ ਤਾਂ ਹਰ ਜਗ੍ਹਾ ਕਰੋਨਾ ਦੀ ਤੀਜੀ ਲਹਿਰ ਦਾ ਅਸਰ ਕਿਤੇ ਵੀ ਨਹੀਂ ਦਿਖਾਈ ਦੇਵੇਗਾ ਦੇਸ਼ ਵਿੱਚ ਪਹਿਲੀ ਵਾਰ 4187 ਮਰੀਜ਼ਾਂ ਦੀਆਂ ਹੋਈਆਂ ਮੌਤਾਂ 4 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ ਦੇਸ਼ ਵਿੱਚ ਕਰੋਨਾ ਵਾਇਰਸ ਦਾ ਹਮਲਾ ਲਗਾਤਾਰ ਜਾਰੀ ਹੈ ਕਰੋਨਾ ਵਾਇਰਸ ਦੀ ਦੂਜੀ ਲਹਿਰ ਬੇਹੱਦ ਭਿਆਨਕ ਹੁੰਦੀ ਜਾ ਰਹੀ ਹੈ ਜੀ ਪਿਛਲੇ 24 ਘੰਟਿਆਂ ਦਰਮਿਆਨ ਦੇਸ਼ ਤੇ ਵਿੱਚ ਰਿਕਾਰਡ ਤੋੜ ਮਾਮਲੇ ਦਰਜ ਕੀਤੇ ਗਏ ਹਨ ਦੇਸ਼ ਦੇ ਵਿੱਚ 410789ਵੇਂ ਕੇਸ ਦਰਜ ਕੀਤੇ ਗਏ ਹਨ ਇਹ ਦੂਜੀ ਵਾਰ ਹੈ ਜਦੋਂ ਦੇਸ਼ ਵਿੱਚ ਕੇਸ 4 ਲੱਖ ਤੋਂ ਪਾਰ ਹਨ ਤੇ ਦੇਸ਼ ਦੇ ਵਿੱਚ ਕਰੋਨਾ ਦੇ ਕੇਸ 4 ਲੱਖ ਤੋਂ ਪਾਰ ਹੋ ਗਏ ਹਨ ਤੇ 30 ਅਪ੍ਰੈਲ ਨੂੰ ਦੇਸ਼ ਦੇ ਵਿੱਚ ਕਰੋਨਾ ਦੇ 42351 ਨਵੇਂ ਮਾਮਲੇ ਸਨ ਉੱਥੇ ਹੀ ਕਰੋਨਾ ਦੇ ਨਾਲ ਰਿਕਾਡ ਮੌਤੋੜ ਮੌਤਾਂ ਵੀ ਹੋਈਆਂ ਨੇ ਤੇ ਪਿਛਲੇ 24 ਘੰਟਿਆਂ ਵਿੱਚ ਹੀ 4187 ਮੌਤਾਂ ਭਾਰਤ ਦੇ ਵਿੱਚ ਹੋ ਚੁੱਕੀਆਂ ਹਨ ਆਕਸੀਜਨ ਦੀ ਕਾਲਾ ਬਾਜ਼ਾਰੀ ਕਰਨ ਵਾਲਿਆਂ ਤੇ ਹਾਈ ਕੋਰਟ ਸਖਤ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਪੇਸ਼ ਆ ਰਹੀ ਆਕਸੀਜਨ ਦੀ ਕਿੱਲਤ ਨੂੰ ਦੂਰ ਕਰਨ ਦੇ ਲਈ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਅਧਿਕਾਰ ਦਿੱਤਾ ਹੈ ਕਿ ਸਟੇਟ ਆਕਸੀਜਨ ਦੀ ਕਾਲਾ ਬਾਜ਼ਾਰੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰੇ ਆਕਸੀਜਨ ਦੀ ਘਾਟ ਕਾਰਨ ਮਰੀਜ਼ਾਂ ਦੀ ਮੌਤ ਹੋ ਰਹੀ ਹੈ ਇਸ ਸਬੰਧੀ ਦਾਖਲੇ ਕਪੀਟਿਸ਼ਨ ਤੇ ਸੁਣਵਾਈ ਕਰਦਿਆਂ ਹਾਈ ਕੋਰਟ ਦੇ ਜਸਟਿਸ ਰਾਜਨ ਗੁਪਤਾ ਦੇ ਅਧਾਰਿਤ ਬੈਂਚ ਨੇ ਕਿਹਾ ਹੈ ਕਿ ਆਕਸੀਜਨ ਦੀ ਘਾਟ ਕਾਰਨ ਕਿਸੇ ਦੀ ਜਾਨ ਨਾ ਜਾਵੇ ਇਹ ਤਿੰਨੇ ਸੂਬੇ ਯਕੀਨ ਬਣਾਉਣ ਦੁਕਾਨਾਂ ਖੋਲਣ ਨੂੰ ਲੈ ਕੇ ਜਲੰਧਰ ਦੇ ਡੀਸੀ ਵੱਲੋਂ ਨਵੇਂ ਹੁਕਮ ਜਾਰੀ ਜਾਨੋ ਕਿਹੜੀਆਂ-ਕਿਹੜੀਆਂ ਦੁਕਾਨਾਂ ਕਦੋਂ-ਕਦੋਂ ਖੁੱਲਣਗੀਆਂ ਪੰਜਾਬ ਸਰਕਾਰ ਵੱਲੋਂ ਕੋਰੋਨਾ ਨੂੰ ਲੈ ਕੇ ਲਾਏ ਗਏ ਲਾਕਡਾਊਨ ਵਿੱਚ ਗੈਰ ਜ਼ਰੂਰੀ ਵਸਤਵਾਂ ਨਾਲ ਸੰਬੰਧਿਤ ਦੁਕਾਨਾਂ ਨੂੰ ਬੰਦ ਰੱਖਣਾ ਤੇ ਲਾਈ ਪਾਬੰਦੀ ਦਾ ਵਪਾਰੀਆਂ ਤੇ ਕਾਰੋਬਾਰੀਆਂ ਵੱਲੋਂ ਜ਼ੋਰਦਾਰ ਵਿਰੋਧ ਨੂੰ ਵੇਖਦਿਆਂ ਆਖਰਕਾਰ ਸਰਕਾਰ ਵੱਲੋਂ ਬੈਕਫੁੱਟ ਤੇ ਆਉਂਦਿਆ ਏ ਆਪਣੇ ਫੈਸਲੇ ਵਿੱਚ ਬਦਲਾ ਲਿਆਂਦਾ ਗਿਆ ਏ ਗੈਰ ਜ਼ਰੂਰੀ ਦੁਕਾਨਾਂ ਨੂੰ ਰਾਹਤ ਦਿੱਤੀ ਗਈ ਹੈ ਡਿਪਟੀ ਕਮਿਸ਼ਨਰ ਕਰਨ ਸ਼ਾਮ ਥੂਰੀ ਨੇ ਦੇਰ ਸ਼ਾਮ ਜਾਰੀ ਹੁਕਮਾਂ ਦੇ ਵਿੱਚ ਦੱਸਿਆ ਕਿ ਮਿੰਨੀ ਲਾਕਡਾਊਨ ਦੇ ਦੌਰਾਨ ਸਾਰੀਆਂ ਗੈਰ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਹੁਣ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰਾਤ 9 ਸਵੇਰੇ 9 ਵਜੇ ਤੋਂ 3 ਵਜੇ ਤੱਕ ਖੁੱਲ ਸਕਣਗੀਆਂ ਉਹਨਾਂ ਨੇ ਦੱਸਿਆ ਕਿ ਜ਼ਰੂਰੀ ਸਮਾਨ ਲਈ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਜਿਨ੍ਹਾਂ ਦੁਕਾਨਾਂ ਸ਼ਾਮ 5 ਵਜੇ ਤੱਕ ਸਿਰਫ ਹੋਮ ਡਿਲੀਵਰੀ ਕਰ ਸਕਦੀਆਂ ਹਨ ਅਕਾਲੀ ਆਗੂ ਹਰਦੀਪ ਡਿੰਪੀ ਖਿਲਾਫ ਮਾਮਲਾ ਦਰਜ ਲੱਗਿਆ ਕਰੋਨਾ ਨਿਯਮਾਂ ਦੀ ਉਲੰਘਣਾ ਕਰਨ ਦਾ ਰੂਪ ਗੱਦੜਬਾਹਤੋ ਅਕਾਲੀ ਦਲ ਦੇ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋ ਖਿਲਾਫ ਕਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਦਰਜ ਕੀਤਾ ਗਿਆ ਹੈ ਜੀ ਜਾਣਕਾਰੀ ਮੁਤਾਬਕ ਹਰਦੀਪ ਸਿੰਘ ਡਿੰਪੀ ਨੇ ਆਪਣੇ ਪਿਤਾ ਦੇ ਸ਼ੋਗ ਸਮਾਗਮ ਵਿੱਚ ਇਜਾਜ਼ਤ ਤੋਂ ਵੱਧ ਲੋਕਾਂ ਦਾ ਇਕੱਠ ਕੀਤਾ ਸੀ ਤੇ ਕਰੋਨਾ ਸਪਾਬੰਦੀਆਂ ਦੀ ਉਲੰਘਣਾ ਕੀਤੀ ਸੀ ਕੇਂਦਰ ਸਰਕਾਰ ਦਾ ਵੱਡਾ ਫੈਸਲਾ ਬ੍ਰਿਟੇਨ ਨੂੰ ਨਹੀਂ ਭੇਜੀਆਂ ਜਾਣਗੀਆਂ ਕੋਵਿ ਸ਼ੀਲਡ ਟੀਕੇ ਦੀਆਂ 50 ਲੱਖ ਖੁਰਾਕਾਂ ਕੋਵਿ ਸ਼ੀਲਡ ਟੀਕੇ ਦੀਆਂ 50 ਲੱਖ ਖੁਰਾਕਾਂ ਦੀ ਵਰਤੋਂ ਹੁਣ ਭਾਰਤ ਚੋ ਕਰੋਨਾ ਮਾਮਲਿਆਂ ਦੇ ਜੋ ਵਾਅਦੇ ਮੱਦੇ ਨਜ਼ਰ ਦੇਸ਼ ਦੇ 21 ਸੂਬਿਆਂ ਜਾਂ ਕੇਂਦਰ ਸਾਸਤ ਪ੍ਰਦੇਸ਼ਾਂ ਨੂੰ 18 ਤੋਂ 44 ਸਾਲ ਉਮਰ ਵਰਗ ਦੇ ਟੀਕਾ ਕਰਨ ਦੇ ਲਈ ਉਪਲਬਧ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ ਇਹਨਾਂ ਖੁਰਾਕਾਂ ਨੂੰ ਸੀਰਮ ਇੰਸਟੀਚਿਊਟ ਵੱਲੋਂ ਬ੍ਰਿਟੇਨ ਨਿਰਯਾਤ ਕੀਤਾ ਜਾਣਾ ਸੀ ਇਹ ਜਾਣਕਾਰੀ ਅਧਿਕਾਰਤ ਸੂਤਰਾਂ ਨੇ ਦਿੱਤੀ ਹੈ ਕੇਂਦਰ ਸਰਕਾਰ ਦਾ ਇਨ੍ਹਾਂ ਖੁਰਾਕਾਂ ਨੂੰ 21 ਸੂਬਿਆਂ ਤੇ ਕੇਂਦਰ ਸਾਸਤ ਪ੍ਰਦੇਸ਼ਾਂ ਨੂੰ ਅਲਾਰਟ ਕਰਨ ਦਾ ਇਹ ਫੈਸਲਾ ਜਿਹੀਂ ਸਮੇਂ ਆਇਆ ਜਦੋਂ ਪੂਨੇ ਵਿੱਚ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਡਾਇਰੈਕਟਰ ਸਰਕਾਰ ਅਤੇ ਰੈਗੂਲੇਟਰੀ ਮਾਮਲੇ ਪ੍ਰਕਾਸ਼ ਕੁਮਾਰ ਸਿੰਘ ਨੇ ਹਾਲ ਹੀ ਦੇ ਵਿੱਚ ਕੇਂਦਰੀ ਸਿਹਤ ਮੰਤਰਾਲੇ ਨੂੰ ਚਿੱਠੀ ਲਿਖ ਕੇ ਇਸ ਦੇ ਲਈ ਮਨਜ਼ੂਰੀ ਮੰਗੀ ਸੀ ਕੰਗਨਾਰ ਨੌਤ ਨੂੰ ਹੋਇਆ ਕਰੋਨਾ ਇਹਨਾਂ ਲੱਛਣਾਂ ਤੋਂ ਬਾਅਦ ਅਦਾਕਾਰ ਨੇ ਕਰਵਾਇਆ ਸੀ ਟੈਸਟ ਅਦਾਕਾਰਾ ਕੰਗਨਾਰ ਨੌਤ ਨੂੰ ਵੀ ਕਰੋਨਾ ਹੋ ਗਿਆ ਖੁਦ ਅਦਾਕਾਰਾਂ ਨੇ ਇੰਟਰਨੈਟ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਲਿਖੀ ਉਹਨਾਂ ਨੇ ਕਿਹਾ ਜੀ ਮੈਨੂੰ ਥਕਾਨ ਤੇ ਕਮਜ਼ੋਰੀ ਮਹਿਸੂਸ ਹੋਣ ਦੇ ਨਾਲ ਹੀ ਅੱਖਾਂ ਵਿੱਚ ਜਲਨ ਮਹਿਸੂਸ ਹੋ ਰਹੀ ਸੀ ਇਸ ਤੋਂ ਬਾਅਦ ਆਪਣਾ ਟੈਸਟ ਕਰਾਇਆ ਤਾਂ ਕਰੋਨਾ ਰਿਪੋਰਟ ਨੂੰ ਪੋਜ਼ਿਟਿਵ ਆਇਆ ਕੰਗਨਾਰ ਨੌਤ ਨੇ ਇੰਸਟਾਗ੍ਰam ਪੋਸਟ ਤੇ ਲਿਖਿਆ ਮੈਂ ਹਿਮਾਚਲ ਜਾਣ ਤੋਂ ਪਹਿਲਾਂ ਕਰੋਨਾ ਟੈਸਟ ਕਰਵਾਉਣਾ ਚਾਹੁੰਦੀ ਸੀ ਜਿਹੜਾ ਕੱਲ ਕਰਵਾਇਆ ਤੇ ਜਿਹੜਾ ਪੋਜ਼ਿਟਿਵ ਆਇਆ ਵਪਾਰੀਆਂ ਦੇ ਹੱਕ ਚ ਕਿਸਾਨ ਯੂਨੀਅਨ ਦਾ ਮਾਰਚ ਕਿਹਾ ਲੋਕਾਂ ਨੂੰ ਘਰਾਂ ਚੋਂ ਡੱਕਣ ਦੀ ਬਜਾਏ ਸਰਕਾਰ ਕਰੋਨਾ ਨਾਲ ਨਜਿੱਠੇ ਕਿਸਾਨ ਯੂਨੀਅਨਾਂ ਦੇ ਵੱਲੋਂ ਅੱਜ ਪਟਿਆਲਾ ਸ਼ਹਿਰ ਚੋਂ ਵਪਾਰੀਆਂ ਦੇ ਹੱਕ ਵਿੱਚ ਮਾਰਚ ਕੱਢਿਆ ਗਿਆ ਇਹ ਮਾਰਚ ਸ਼ਹਿਰ ਦੇ ਸ਼ੇਰਾਵਾਲਾ ਗੇਟ ਤੋਂ ਸ਼ੁਰੂ ਹੋ ਕੇ ਪ੍ਰਮੁੱਖ ਬਾਜ਼ਾਰਾਂ ਵਿੱਚ ਹੁੰਦਾ ਹੋਇਆ ਬੱਸ ਸਟੈਂਡ ਕੋਲ ਪੁੱਜਿਆ ਇਸ ਮਾਰਚ ਵਿੱਚ ਵਪਾਰ ਮੰਡਲ ਦੇ ਅਹੁਦੇਦਾਰ ਤੇ ਨੁਮਾਇੰਦੇ ਵੀ ਸ਼ਾਮਲ ਸਨ ਕਿਸਾਨ ਆਗੂਆਂ ਨੇ ਕਿਹਾ ਕਿ ਕਰੋਨਾ ਦੇ ਨਾਮ ਤੇ ਵਪਾਰੀਆਂ ਨੂੰ ਤੰਗ ਕੀਤਾ ਜਾ ਰਿਹਾ ਜੇਕਰ ਬਿਮਾਰੀ ਵੱਧ ਕੇ ਰਹੀ ਹੈ ਤਾਂ ਸਰਕਾਰ ਨੂੰ ਇਸ ਨਾਲ ਨਜਿੱਠਣ ਦੇ ਹੀਲੇ ਕਰਨੇ ਚਾਹੀਦੇ ਹਨ ਨਾ ਕਿ ਲੋਕਾਂ ਨੂੰ ਘਰਾਂ ਦੇ ਵਿੱਚ ਬੰਦ ਕਰਨਾ ਚਾਹੀਦਾ ਕਰੋਨਾ ਦੇ ਕਹਿਰ ਦੇ ਮੱਦੇਨਜ਼ਰ ਐਸਜੀਪੀਸੀ ਦਾ ਅਹਿਮ ਫੈਸਲਾ ਇਸ ਦਿਨ ਸਾਰੇ ਦਫ਼ਤਰਾਂ ਨੂੰ ਬੰਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਸਮੇਤ ਵੱਖ-ਵੱਖ ਗੁਰਦੁਆਰਾ ਸਹਿਬਾਨ ਦੇ ਦਰਸ਼ਨਾਂ ਲਈ ਵਿਦੇਸ਼ ਦੇਸ਼ ਵਿੱਚ ਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਤੋਂ ਬਚਾਅ ਲਈ ਨਿਧਾਰਤ ਨਿਯਮਾਂ ਦੀ ਪਾਲਣਾ ਕਰਨ ਉਹਨਾਂ ਨੇ ਸਰਦਾ ਹਲਵਾਨ ਨੂੰ 마ਸਕ ਪਾਉਣ ਅਤੇ ਇੱਕ ਦੂਜੇ ਤੋਂ ਨਿਧਾਰਤ ਦੂਰੀ ਬਣਾ ਕੇ ਰੱਖਣ ਦੀ ਸਲਾਹ ਦਿੱਤੀ ਹੈ ਵਾਇਰਸ ਦੇ ਮੈਨੇਜਰ ਬੀਬੀ ਜ਼ਗੀਰ ਕੌਰ ਨੇ ਐਸਜੀਪੀਸੀ ਦੇ ਸਾਰੇ ਦਫ਼ਤਰਾਂ ਵਿੱਚ 50% ਦੀ ਸਟਾਫ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ ਉਹਨਾਂ ਨੇ ਕਿਹਾ ਜੀ ਐਤਵਾਰ ਨੂੰ ਪੂਰੀ ਤਰ੍ਹਾਂ ਸਾਰੇ ਦਫ਼ਤਰ ਬੰਦ ਰਹਿਣਗੇ ਕਾਰ ਦੇ ਅੰਦਰ দমਕੁੱਟ ਨਾਲ 4 ਬੱਚਿਆਂ ਦੀ ਮੌਤ ਵੱਡੀ ਦੁੱਖਦਾਈ ਖਬਰ ਆ ਰਹੀ ਹੈ ਜੀ ਉੱਤਰ ਪ੍ਰਦੇਸ਼ ਦੇ ਬਾਗਪਤ ਜਿਲ੍ਹੇ ਚ ਇੱਕ ਦਰਦਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਸਿੰਗੋਲੀ ਤਪਾ ਪਿੰਡ ਦੇ ਵਿੱਚ ਖੇਡ ਰਹੇ 5 ਬੱਚੇ ਕਾਰ ਦੇ ਅੰਦਰ ਲੋਕ ਹੋ ਗਏ ਜਿਸ ਨਾਲ ਉਹਨਾਂ ਦਾ দমਕੁੱਟ ਗਿਆ 4 ਬੱਚਿਆਂ ਦੀ ਮੌਕੇ ਤੇ ਮੌਤ ਹੋ ਗਈ ਇੱਕ ਬੱਚੇ ਨੂੰ ਸਮਾਂ ਰੰਦਾ ਕਾਰ ਦਾ ਸ਼ੀਸ਼ਾ ਤੋੜ ਕੇ ਬਚਾ ਲਿਆ ਗਿਆ ਬੱਚਿਆਂ ਦੀ ਮੌਤ ਨਾਲ ਪਿੰਡ ਦੇ ਵਿੱਚ ਕੋਹਰਾ ਮਚ ਗਿਆ ਔਰਤਾਂ ਲਈ ਫ੍ਰੀ ਬੱਸ ਸੇਵਾ ਨਾਲ ਸਰਕਾਰ ਦੀਆਂ ਵਧੀਆਂ ਮੁਸ਼ਕਲਾਂ ਪੀਆਰਟੀਸੀ ਦਾ 150 ਰੁਪਿਆ 150 ਕਰੋੜ ਰੁਪਏ ਤੇ 9000 ਮੁਲਾਜ਼ਮਾਂ ਦੀ ਤਨਖਾਹ ਬਕਾਇਆ ਪੰਜਾਬ ਸਰਕਾਰ ਨੇ ਔਰਤਾਂ ਲਈ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਮੁਫਤ ਕਰ ਦਿੱਤਾ ਪਰ ਇਸ ਫੈਸਲੇ ਨਾਲ ਪੀਆਰਟੀਸੀ ਨੂੰ 40 ਤੋਂ 45 ਲੱਖ ਰੁਪਏ ਦਾ ਰੋਜ਼ਾਨਾ مالیਆ ਗੁਆਰੀਆ ਪਹਿਲੇ ਹੀ ਸਾਰੇ ਖਰਚਿਆਂ ਨੂੰ ਹਟਾਉਣ ਤੋਂ ਬਾਅਦ ਨਿਗਮ ਹਰ ਮਹੀਨੇ ਆਪਣੇ 9000 ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਤਨਖਾਹ ਤੇ ਪੈਨਸ਼ਨ ਦੇ ਰਿਹਾ ਜੋ ਕਿ ਲਗਭਗ 18 ਕਰੋੜ ਰੁਪਏ ਪੀਆਰਟੀਸੀ ਪ੍ਰਬੰਧਨ ਦੀ ਚਿੰਤਾ ਇਹ ਹੈ ਕਿ ਸਰਕਾਰ ਦੇ ਕੋਲੇ 150 ਕਰੋੜ ਰੁਪਏ ਫਸ ਗਏ ਜੇ ਮੁਫਤ ਬਸ ਯਾਤਰਾ ਦੇ ਬਿੱਲ ਦੀ ਅਦਾਇਗੀ ਸਮੇਂ ਸਿਰ ਨਹੀਂ ਕੀਤੀ ਜਾਂਦੀ ਤਾਂ ਤਨਖਾਹ ਅਤੇ ਪੈਨਸ਼ਨ ਕਿੱਥੋਂ ਆਵੇਗੀ ਉਹਨਾਂ ਨੇ ਕਿਹਾ ਜੀ ਰੋਜ਼ਾਨਾ ਆਮਦਨ ਵੀ 125 ਕਰੋੜ ਤੱਕ ਪਹੁੰਚ ਗਈ ਸੀ ਜੋ ਹੁਣ ਲਗਭਗ 45 ਲੱਖ ਹੀ ਰਹਿ ਗਈ ਆ ਸਵਾਰੀਆਂ ਘਟਣ ਦੇ ਨਾਲ ਪੀਆਰਟੀਸੀ ਪਟਿਆਲਾ ਦਿੱਲੀ ਜਮੇਰ ਜੈਪੁਰ ਅਤੇ ਵਿੰਦਰਾਵਨ ਵਾਗੇ ਲੰਬੇ ਰਸਤੇ ਬੰਦ ਕਰ ਦਿੱਤੇ ਹਨ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਕਿਸਾਨ ਜਥੇਬੰਦੀਆਂ ਪਹੁੰਚੀਆਂ ਦੁਕਾਨਦਾਰਾਂ ਦਾ ਸਾਥ ਦੇਣ ਸੁ ਕਿਸਾਨਾਂ ਦੇ ਵੱਲੋਂ ਲਾਂਦੇ ਮੁਤਾਬਕ ਵਪਾਰੀਆਂ ਦਾ ਸਾਥ ਦੇਣ ਦੇ ਲਈ ਕਿਸਾਨ ਜਥੇਬੰਦੀਆਂ ਦੇ ਕਾਰਕੁਨ ਪਹੁੰਚ ਗਏ ਤੇ ਸੂਬਾ ਸਰਕਾਰ ਵੱਲੋਂ ਕਰੋਨਾ ਤੋਂ ਆਪਣੇ ਨਾਗਰਿਕਾਂ ਨੂੰ ਬਚਾਉਣ ਦੇ ਲਈ ਤਾਲਾਬੰਦੀ ਅਤੇ ਕਰਫਿਊ ਦਾ ਸਹਾਰਾ ਲਿਆ ਗਿਆ ਭਾਰਤੀ ਅਮਰੀਕੀ ਡਾਕਟਰਾਂ ਨੇ ਭਾਰਤ ਨੂੰ ਭੇਜੇ 5000 ਆਕਸੀਜਨ ਕਨਸੈਂਟਰੇਟਰ ਡਾਕਟਰਾਂ ਦੀ ਇੱਕ ਭਾਰਤੀ ਅਮਰੀਕੀ ਸਮੂਹ ਨੇ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਜਾਨ ਬਚਾਉਣ ਦੇ ਲਈ 5000 ਹਾਲੀ ਦੇ ਵਿੱਚ 5000 ਆਕਸੀਜਨ ਕਨਸੈਂਟਰੇਟਰ ਭੇਜੇ ਹਨ ਹਾਲੀ ਦੇ ਵਿੱਚ ਬਣੀ ਫੈਡਰੇਸ਼ਨ ਆਫ ਦਾ ਇੰਡੀਅਨ ਫਿਜੀਸ਼ੀਨ ਐਸੋਸੀਏਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ 5000 ਆਕਸੀਜਨ ਕਨਸੈਂਟਰੇਟਰ ਖਰੀਦ ਲੈ ਗਏ ਹਨ ਤੇ ਇਹਨਾਂ ਵਿੱਚੋਂ 4500 ਪਹਿਲਾਂ ਹੀ ਅਹਮਦਾਬਾਦ ਪਹੁੰਚ ਗਏ ਹਨ ਗੋਲੀ ਚਲਾਉਣ ਵਾਲੇ ਹੁਕਮ ਗੋਲੀ ਚਲਾਉਣ ਵਾਲੇ ਨਹੀਂ ਹੁਕਮ ਦੇਣ ਵਾਲੇ ਬਾਦਲਾਂ ਤੇ ਡੀਜੀਪੀ ਦੀ ਤੈ ਹੋਵੇ ਜ਼ਿੰਮੇਵਾਰੀ ਬਾਜਵਾ ਪੰਜਾਬ ਵਿਧਾਨ ਸਭਾ ਚੋਣਾਂ ਨੂੰ 1 ਸਾਲ ਤੋਂ ਵੀ ਘੱਟ ਦਾ ਸਮਾਂ ਬਚਿਆ ਤੇ ਅਜਿਹੇ ਵਿੱਚ ਬੇਅਦਬੀ ਮਾਮਲੇ ਨੂੰ ਲੈ ਕੇ ਮੁੱਦਾ ਜਿਹੜਾ ਕਾਫੀ ਸਮਾ ਸੁਰਖੀਆ ਦੇ ਵਿੱਚ ਬਣਿਆ ਹੋਇਆ ਇਸ ਤੋਂ ਲਾਵਾ ਵਾਇਰਸ ਸਮੇਤ ਹੋਰ ਮੁੱਦੇ ਤੇ ਵੀ ਸੀਨੀਅਰ ਕਾਂਗਰਸੀ ਲੀਡਰ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਅਸੀਂ ਗੱਲਬਾਤ ਕੀਤੀ ਦੇਸ਼ ਦੇ ਵਿੱਚ ਕਰੋਨਾ ਦੇ ਮਾਮਲੇ ਦਿਨੋ ਦਿਨ ਵਧ ਰਹੇ ਹਨ ਤੇ ਬਾਕੀ ਸੂਬਿਆਂ ਦੇ ਵਿੱਚ ਵੀ ਹਾਲਾਤ ਖਤਰਨਾਕ ਬਣੇ ਹੋਏ ਹਨ ਸੋ ਉਹਨਾਂ ਨੇ ਕਿਹਾ ਜੀ ਇਹ ਸਭ ਦੇ ਲਈ ਜਿਹੜੀ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੋਵੇਂ ਜ਼ਿੰਮੇਵਾਰ ਹਨ ਸਰਕਾਰਾਂ ਨੂੰ ਪਹਿਲਾਂ ਤੋਂ ਪਤਾ ਸੀ ਕਿ ਕਰੋਨਾ ਦੀ ਦੂਜੀ ਅਤੇ ਤੀਜੀ ਲਹਿਰ ਆਵੇਗੀ ਪਰ ਉਹਨਾਂ ਨੇ ਉਸ ਦੇ ਮੁਤਾਬਕ ਤਿਆਰੀ ਹੀ ਨਹੀਂ ਕੀਤੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਜੀ ਜਿਹੜੇ ਕੋਟਕਪੂਰਾ ਬਰਗਾੜੀ ਕਾਂਡ ਦੇ ਵਿੱਚ ਗੋਲੀ ਚਲਾਉਣ ਵਾਲਿਆਂ ਨੂੰ ਨਹੀਂ ਹੁਕਮ ਦੇਣ ਵਾਲੇ ਬਾਦਲਾਂ ਤੇ ਡੀਜੀਪੀ ਦੀ ਤੈ ਹੋਵੇ ਜ਼ਿੰਮੇਵਾਰੀ ਮਾਨਸਾ ਦੇ ਵਿੱਚ 10 ਮਈ ਤੋਂ ਖੁੱਲਣਗੀਆਂ ਦੁਕਾਨਾਂ ਡੀਸੀ ਦੇ ਵੱਲੋਂ ਜਾਰੀ ਹੋਏ ਨਵੇਂ ਦਿਸ਼ਾ ਨਿਰਦੇਸ਼ ਸੋ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਕਰੋਨਾ ਕਾਰਨ ਪੂਰੇ ਸੂਬੇ ਦੇ ਵਿੱਚ 15 ਮਈ ਤੱਕ ਮਿਨੀ ਲਾਕਡਾਊਨ ਦਾ ਐਲਾਨ ਕੀਤਾ ਗਿਆ ਜਿਸ ਦੇ ਨਾਲ ਦੁਕਾਨਦਾਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਮੱਦੇਨਜ਼ਰ ਮਾਨਸਾ ਜ਼ਿਲ੍ਹਾ ਮੈਜਿਸਟਰੇਟ ਮਹਿੰਦਰਪਾਲਸ ਵੱਲੋਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ ਦੇਰ ਸ਼ਾਮ ਹੁਕਮਾ ਦੇ ਵਿੱਚ 10 ਮਈ ਤੋਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਦੁੱਧ ਡੇਰੀ ਕਰੀਆਨਾ ਬਰੈਡ ਦੀਆਂ ਦੁਕਾਨਾਂ ਸਵੇਰੇ 6:00 ਤੋਂ 10:00 ਵਜੇ ਤੱਕ ਖੁੱਲਣਗੀਆਂ ਬਾਕੀ ਸਾਰੀਆਂ ਕੈਟਾਗਰੀ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10:00 ਤੋਂ ਦੁਪਹਿਰ 2:00 ਵਜੇ ਤੱਕ ਖੁੱਲਣਗੀਆਂ ਇਸ ਤੋਂ ਇਲਾਵਾ ਮੈਡੀਕਲ ਤੇ ਹੋਲਸੇਲ ਅਤੇ ਰਿਟੇਲ ਪੈਟਰੋਲ ਪੰਪ ਡੀਜ਼ਲ ਪੰਪ ਆਦ 24 ਘੰਟੇ ਖੁੱਲੇ ਰਹਿਣਗੇ ਪਾਜਪਾ ਦੇ ਐਮਐਲਏ ਦੀ ਗਾਉਂ ਮੂਤਰ ਪਿੰਦੇ ਦੀ ਵੀਡੀਓ ਵਾਇਰਲ ਕਿਹਾ ਹਿਲਦੇ ਸੇਮਨ ਨਾਲ ਕਰੋਨਾ ਨੂੰ ਭਜਾਉਣਾ ਹੋਵੇਗਾ ਸੌਖਾ ਭਾਰਤ ਵਿੱਚ ਕਰੋਨਾ ਵਾਇਰਸ ਤਬਾਹੀ ਮਚਾਰਿਆ ਸ਼ਹਿਰ ਤੋਂ ਲੈ ਕੇ ਪਿੰਡਾਂ ਤੱਕ ਲੋਕ ਇਸ ਦੀ ਤਰਾਸ ਦੀ ਚੱਲ ਰਹੇ ਹਨ ਹਸਪਤਾਲ ਦੇ ਵਿੱਚ ਇੱਕ ਡਾਕਟਰ ਵੀ ਪਰੇਸ਼ਾਨ ਹਨ ਤੇ ਲੋਕਾਂ ਨੂੰ ਕਰੋਨਾ ਤੋਂ ਕਿਵੇਂ ਬਚਾਇਆ ਜਾਵੇ ਇਸ ਦੇ ਵਿਚਾਰੇ ਯੂਪੀ ਦੇ ਭਾਜਪਾ ਵਿਧਾਇਕ ਦੀ ਕਰੋਨਾ ਤੋਂ ਬਚਣ ਲਈ ਗਊ ਮੂਤਰ ਦਾ ਇੱਕ ਨੁਕਸਾ ਦੱਸ ਰਹੇ ਹਨ ਉੱਤਰ ਪ੍ਰਦੇਸ਼ ਦੇ ਬਾਲੀ ਅਸਥਿਤ ਬੈਰੀਆ ਵਿਧਾਨ ਸਭਾ ਦੇ ਵਿੱਚੋਂ ਭਾਜਪਾ ਦੇ ਵਿਧਾਇਕ ਸੁਰੇਂਦਰ ਖੁਦ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਡਾਕਟਰ ਬਣ ਕੇ ਹਨ ਤੇ ਉਹਨਾਂ ਨੇ ਕਰੋਨਾ ਤੋਂ ਬਚਾ ਦੇ ਅਜੀਬੋ ਗਰੀਬ ਨੁਕਸੇ ਦੱਸੇ ਹਨ ਉਹ ਗਊ ਮਿੱਤਰ ਪਿੰਦੇ ਹੋਏ ਦੀ ਇੱਕ ਵੀਡੀਓ ਵਾਇਰਲ ਹੋਈ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਸਾਰੇ ਗਊ ਮੁੱਤਰ ਪੀਣ ਤੇ ਕਰੋਨਾ ਤੋਂ ਬਚ ਜਾਣਗੇ ਮਿੱਟੀ ਦਾ ਫਰੂਲ ਜੋਗਿਆ ਨਹੀਂ ਉਹ ਲੱਭਣੇ ਲਾਲ ਗਵਾਚੇ ਇਹਨਾਂ ਲਾਈਨਾਂ ਨੂੰ ਸਿੱਖ ਕੌਮ ਉੱਤੇ ਪੂਰੀ ਤਰ੍ਹਾਂ ਝੋਕਦੀਆਂ ਹਨ ਪਿਛਲੇ 6 ਸਾਲਾਂ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਲਈ ਇਨਸਾਫ ਲੈਣ ਲਈ ਸਿੱਖ ਕੌਮ ਰੋਲਦੀ ਫਿਰਦੀ ਆ ਪਰ ਉਸ ਦੇ ਪੱਲੇ ਨਿਰਾਸ਼ਾ ਹੀ ਪਈ ਆ ਤੇ ਅਸਲ ਵਿੱਚ ਇਹ ਬੇਅਦਬੀ ਦਾ ਮੁੱਢ 2007 ਤੋਂ ਹੀ ਵੱਜ ਗਿਆ ਸੀ ਜਦੋਂ ਰਾਮ ਰਹੀਮ ਨੇ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਵਾੰਗ ਰਚਾਇਆ ਸੀ ਸੋ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ ਆਮ ਅਤੇ ਖਾਸ ਖਬਰਾਂ ਧੰਨਵਾਦ